ਆਪਣੇ ਕੋਲ ਹੋਰ ਵੀ ਪਏ ਨੇ ਤੁਸੀਂ ਵਿੱਚੇ ਵਿੱਚੇ ਜਿਹੜੇ हाँ जी मित्रों, अज आपां पहुंचे हाँ खनौरी बार्डर ते। जिवें तुहानूं पता है कि किसान अंदोलन जिहड़ा दूजा दुबारे जिहड़ा सरकार दे नाल लग चुक्या, ते किसान जिहड़े बार्डरां ते फिर डट गया। ते अज आपां तुहानूं खनौरी बार्डर दा जिहड़ा दृश आ, अज दे हालात आ जिहड़े ताज़ा, उह तुहानूं दिखावांगे। तस्वीरां तुहानूं दिखाउणे आ आपां अज दी की स्थिति बनी हुई आ, ते आ जाओ आपां लै चलदे आ तुहानूं। देखो जी, सरकार की माड़ी करतूत तुहानू दिखाउणे आ। किसानां दी जिहड़ी पक्कियां फसलां दे विच किवें पाणी छड्डिया गया, तां कि जिहड़े किसान वीर इधर दी खेतां विच दी हो के ना लंघ सकन। धक्के नाल प्रशासन ने जिहड़ा पाणी छड्डिया मोटरां दे जिहड़े जिंदे पट पट के, ते तां कि सरकार आ जिहड़ी इस समय तुसीं देख सकदे हो पूरी किसानां तों डरी पई आ, तां कि किसी भी तरह जिहड़ा किसान आ दिल्ली वल कूच ना कर सके। ते तुसीं देख सकदे हो, ते लाणत तां जरूर पाओ कमेंटां 'च मोदी सरकार नूं, क्योंकि जिहड़े किसानां नाल धक्का कर रही है। गुरु नानक देव जी का जी 20 रुपये का लंगर आ जिहड़ा अज तक भी चल रहा, तुसीं देख सकते हो सिख संगत जिथे भी पहुँचती है, तो लंगर की सेवा जिहड़ी सब तो पहला स्टार्ट कर दी जाती है। तो दिल्ली खनौरी बार्डर दी तस्वीर तुसीं देख सकते हो कि जिथे लंगर वीरां वल्लों वरताया जा रहा है, कड़ी चौलां दा ते प्रसादां दा लंगर तुट वरत रहा जी, कोई कमी नहीं, गुरु साहब की पूरी कृपा गई। तो किसान मजदूर एकता जिंदाबाद जिंदाबाद। ਅਥਰੂ ਐਂ ਕਹਿੰਦਾ ਵੀ ਮੁਕਾਬਲਾ ਕਰਨ ਵਾਸਤੇ ਕਿਸਾਨ ਸਪਰੇ ਪੰਪ ਵਾਲੀ ਟੈਂਕਰ ਜਿਹੜਾ ਲੈ ਕੇ ਆਏ ਆ, ਜਿਹੜਾ ਉੱਧਰੋਂ ਅਥਰੂ ਐਂ ਇਸ ਨੂੰ ਨਾਕਾਮ ਜਾਂ ਕੀਤਾ ਜਾ ਸਕੇ। ਉਹ ਤੁਸੀਂ ਦੇਖ ਸਕਦੇ ਹੋ ਜੀ, ਸੀ ਆਰ ਪੀ ਐੱਫ ਦੇ ਜਵਾਨ ਜਿਹੜੇ ਬੈਰੀਕੇਟਾਂ ਦੇ ਤੈਨਾਤ ਆ, ਇਹਨਾਂ ਨਾਲ ਆਪਣਾ ਜਿਹੜਾ ਕੋਈ ਵੈਰ ਵਿਰੋਧ ਨਹੀਂ ਹੈਗਾ। ਇਹਨਾਂ ਵਿੱਚੋਂ ਅੱਧੇ ਤਾਂ ਆਪਣੇ ਕਿਸਾਨਾਂ ਦੇ ਪੁੱਤਰ ਹੀ ਹੋਣਗੇ, ਅਤੇ ਆਪਣਾ ਜਿਹੜੇ ਇਹਨਾਂ ਦਾ ਸਰਕਾਰ ਦੇ ਕਹਿਣੇ ਉੱਤੇ ਚੱਲਣਾ ਹੁੰਦਾ ਗਾ, ਅਤੇ ਆਪਣਾ ਇਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਆ, ਅਤੇ ਆਪਣੀ ਸਿੱਧੀ ਟੱਕਰ ਆ ਜਿਹੜੀ ਸਰਕਾਰ ਨਾਲ ਆ, ਰੋਸ ਆ ਜਿਹੜਾ ਆਪਣਾ ਸਰਕਾਰ ਨਾਲ ਆ। ਨਾਲ ਨਾਲ ਸਫਾਈ ਦਾ ਵੀ ਪੂਰਾ ਧਿਆਨ ਰੱਖ ਰਿਹਾ ਨੌਜਵਾਨ, ਤੁਸੀਂ ਦੇਖ ਸਕਦੇ ਹੋ ਸੇਵਾ ਕਰ ਰਿਹਾ, ਅਤੇ ਐਂ ਨਹੀਂ ਹੈਗਾ ਵੀ ਖਲਾਰਾ ਪਾ ਕੇ ਚੱਟ ਜਾਣਗੇ। ਦੇਖੋ ਜੀ, ਪੰਜਾਬ ਦੀ ਜਵਾਨੀ ਮਾਰਦੀ ਆ ਬੜਕਾਂ, ਦੇਖ ਸਕਦੇ ਹੋ ਤੁਸੀਂ ਜੋਸ਼ ਕਿਵੇਂ ਨੌਜਵਾਨਾਂ ਦੇ ਵਿੱਚ ਪੂਰਾ ਜੋਸ਼ ਭਰਿਆ ਹੋਇਆ, ਅਤੇ ਬਾਰਡਰ ਤੋੜਨ ਲਈ ਤਿਆਰ ਖੜ੍ਹੇ ਆ। ਪਰ ਇਹ ਜਿਹੜੇ ਹੈਗੇ ਆ ਆਗੂਆਂ ਦੇ ਕਹਿਣੇ ਵਿੱਚ ਚੱਲ ਰਹੇ ਆ, ਜਿਵੇਂ ਹੀ ਆਗੂਆਂ ਦਾ ਹੁਕਮ ਹੋਊਗਾ ਵੀ ਤੁਸੀਂ ਬਾਰਡਰ ਕ੍ਰੋਸ ਕਰਨਾ, ਤਦ ਹੀ ਇਹ ਮਿੰਟੋ ਮਿੰਟ ਜਿਹੜੇ ਤੁਹਾਡੇ ਬੈਰੀਕੇਟ ਜੇ ਚਲਾ ਚਲਾ ਕੇ ਹਵਾ 'ਚ ਮਾਰਨਗੇ। ਤੁਸੀਂ ਦੇਖ ਸਕਦੇ ਨੌਜਵਾਨ ਜਿਹੜੇ ਆਪਣੇ ਬਜ਼ੁਰਗਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕਢਾ ਕੇ ਖੜ੍ਹੇ ਆ। ਆਹ ਦੇਖੋ ਜੀ, ਇਸ ਬਾਪੂ ਦੇ ਹੌਂਸਲੇ ਨੂੰ ਜਿਹੜਾ ਸਲਾਮ ਆ, ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਵੀ 70-75 ਸਾਲ ਦੀ ਉਮਰ ਹੋਣੀ ਆ, ਅਤੇ ਬਾਰਡਰ 'ਤੇ ਜਿਹੜਾ ਡਟਿਆ ਹੋਇਆ ਗਾ, ਅਤੇ ਕਿਰਸਾਨੀ ਦਾ ਝੰਡਾ ਨਾਲ ਆ, ਅਤੇ ਚਾਲ ਦੇਖੋ ਬਾਪੂ ਦੀ ਐਂ ਜਾਂਦਾ। ਲੈ ਬਈ ਪੱਕੇ ਮੋਰਚੇ ਲਾਤੇ, ਕਹਿੰਦੇ ਜੇ ਕਹਾਣੀ ਜਾਣ ਇੱਥੇ ਸਹੀ ਸਾਰਾ ਸਮਾਨ ਲੈ ਕੇ ਆ, ਕਿਸਾਨ ਆਪਦਾ ਮੰਜੇ ਮੁੰਜੇ ਕੁਰਸੀਆਂ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਜੀ, ਸਿਲੰਡਰ ਵੀ ਨਾਲ ਲੈ ਕੇ ਆਇਆ ਕਿਸਾਨ ਆਪਦੇ। ਜ਼ਰੂਰ ਸਦਾ ਸਾਰਾ ਜਿਹੜਾ ਆਪਦਾ ਸਮਾਨ ਆ ਨਾਲ ਲਿਆਂਦਾ ਬਾਈ। ਇੱਕ ਟਰੈਕਟਰ ਮਾਰ, ਦੋ ਦੋ ਟਰਾਲੀਆਂ ਪਾਈਆਂ, ਜੱਟ ਜਾਗੋ ਆਈ ਹੈ, ਉਹ ਸਿਸਟਮ ਹੈ। ਇੱਕ ਟਰੈਕਟਰ ਪਿੱਛੇ ਜੱਟਾਂ, ਦੋ ਦੋ ਟਰਾਲੀਆਂ ਪਾਈਆਂ ਬਈ, ਹੁਣ ਜਾਗੋ ਆਈ ਹੈ, ਪਾਈਆਂ ਹੋਈਆਂ ਬਾਈ ਦੋ ਦੋ ਟਰਾਲੀਆਂ ਇੱਕ ਟਰੈਕਟਰ ਮਾਰ। ਅਤੇ ਜ਼ਰੂਰਤ ਦਾ ਸਾਰਾ ਸਮਾਨ ਆ ਜਿਹੜਾ ਕਿਸਾਨ ਆਪਦਾ ਨਾਲ ਲੈ ਕੇ ਆਏ ਆ, ਅਤੇ ਦੇਖ ਸਕਦੇ ਹੋ ਤੁਸੀਂ ਬਾਈ ਪਾਣੀ ਵਾਲੀ।
ਟੈਂਕੀਆਂ ਵੀ ਨਾਲ ਲਿਆਂਦੀ ਹੈ ਕਿਸਾਨਾਂ ਨੇ ਅਤੇ ਐਤਵਾਰ ਦੀ ਮੀਟਿੰਗ ਦੁਬਾਰੇ ਰੱਖੀ ਹੋਈ ਆ ਬਾਈ, ਦੇਖਦੇ ਹਾਂ ਮੀਟਿੰਗ 'ਚ ਕੀ ਛੱਟਾ ਨਿਕਲੂਗਾ, ਕੀ ਕਹਿੰਦੇ ਕਿਸਾਨ ਆਗੂ ਫਿਰ, ਜੇ ਕੋਈ ਨਾ ਛੱਟਾ ਨਿਕਲਿਆ ਜਿਵੇਂ ਕਿਸਾਨ ਆਗੂ ਕਹਿਣਗੇ, ਕਿਸਾਨ ਆਪਦਾ ਅੱਗੇ ਵਧਣਗੇ, ਬੈਰੀਗੇਟ ਤੋੜਨਗੇ, ਕਿਸਾਨ ਆਗੂਆਂ ਦੀ ਕਾਲੀ ਵੇਟ ਕੀਤੀ ਜਾ ਰਹੀ ਹੈ। ਚਾਹਾਂ ਬਣਾ ਬਣਾ ਪੀ ਰਹੇ ਆ ਬਾਈ ਜੀ ਕਿਸਾਨ, ਦੇਖ ਸਕਦੇ ਹੋ ਤੁਸੀਂ ਪੂਰਾ ਲੰਮਾ ਕਾਫਲਾ ਹੈਗਾ ਜਿਹੜਾ, ਇਹ 5-6 ਕਿਲੋਮੀਟਰ ਦਾ ਪੂਰਾ ਲੰਮਾ ਕਾਫਲਾ ਹੈਗਾ। ਮੰਜੇ ਨਾਲ ਲੈ ਕੇ ਆਇਆ, ਨੈਸ਼ਨਲ ਹਾਈਵੇ 'ਤੇ ਮੰਜੇ ਉਠਾ ਕੇ ਪਏ ਆ ਬਈ, ਕਿਸਾਨ ਪੂਰੇ ਅੜ ਗਏ ਆ। ਹਾਂਜੀ ਬਾਈ ਜੀ, ਨੈਸ਼ਨਲ ਹਾਈਵੇ 'ਤੇ ਪੱਕੇ ਮੋਰਚੇ ਲਾ ਦਿੱਤੇ ਗਏ, ਤੰਬੂ ਲਾਈ ਜਾਂਦੇ ਆ ਕਿਸਾਨ, ਗੱਡ ਦਿੱਤੇ ਆ ਕਹਿੰਦੇ ਕਿੱਲ ਕੁੱਲ ਪੂਰੇ ਨੈਸ਼ਨਲ ਹਾਈਵੇ 'ਤੇ, ਟੈਂਟ ਲਾਇਆ ਜਾ ਰਿਹਾ ਬਾਈ ਜੀ।